ब्रेक ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਆਪਣੀ ਗੱਲਬਾਤ ਕਰ ਰਹੀ ਹੈ ਪੰਜਾਬ ਚੱਲ ਰਹੀ ਹੈ ਪੰਜਾਬ ਦੀ ਇੱਕ ਅਹਿਮ ਸਿਆਸੀ ਹਸਤੀ ਦੇ ਨਾਲ ਔਰ ਆਪਣੇ ਨਾਲ ਗੱਲਬਾਤ ਕਰ ਰਹੇ ਨੇ ਕਾਂਗਰਸ ਦੇ ਸੀਨੀਅਰ ਲੀਡਰ ਔਰ ਸਾਬਕਾ ਵਿਰੋਧੀ ਧਿਰ ਦੇ ਆਗੂ ਚੌਧਰੀ ਸੁਨੀਲ ਕੁਮਾਰ ਜਾਖੜ ਜੀ ਔਰ ਪੰਜਾਬ ਦੇ ਮਸਲਿਆਂ ਬਾਰੇ ਔਰ ਕਾਂਗਰਸ ਦੀ ਪਾਰਟੀ ਦੀ ਗੱਲਬਾਤ ਉਹਨਾਂ ਨੇ ਬੜੇ ਹੀ ਜ਼ਹੀਨ ਲਫ਼ਜ਼ਾਂ ਦੇ ਨਾਲ ਰੱਖੀ ਔਰ ਜਿਹੜਾ ਉਹਨਾਂ ਦਾ ਰੋਲ ਸੀਗਾ ਇੱਕ ਸਟਰੋਂਗ اپੋਜੀਸ਼ਨ ਲੀਡਰ ਵਾਲਾ ਤਾਂ ਉਹਨਾਂ ਬਾਰੇ ਵੀ ਉਹਨਾਂ ਉਸ ਰੋਲ ਬਾਰੇ ਵੀ ਉਹਨਾਂ ਨੇ ਆਪਣੇ ਨਾਲ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ ਅੱਗੇ ਵਧਦੇ ਹਾਂ ਸਵਾਲਾਂ ਨੂੰ ਅੱਗੇ ਤੋਰਦੇ ਹਾਂ ਜਾਖੜ ਸਾਹਿਬ ਪਹਿਲਾਂ ਕਾਂਗਰਸ ਤੇ ਕਾਲੀਦਲ ਹੁੰਦਾ ਸੀ ਪੰਜਾਬ ਦੀ ਸੱਤਾ ਦੇ ਵਿੱਚ ਫਾਈਟ ਹੁੰਦੀ ਸੀ ਸੱਤਾ ਦੇ ਲਈ ਜਾਂ ਲੋਕਾਂ ਦੇ ਲਈ ਕਹ ਲਓ ਇਸ ਵਾਰੀ ਤੀਜੀ ਤਰ੍ਹਾਂ ਕਾਮ ਆਦਮੀ ਪਾਰਟੀ ਕਿੱਡੀ ਕੀ ਚੁਣੌਤੀ ਵਜੋਂ ਵੇਖਦੇ ਹਾਂ ਆਮ ਆਦਮੀ ਪਾਰਟੀ ਨੂੰ ਆਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਵੀ ਪਹਿਲੀ ਦਫਾ ਪੰਜਾਬ ਚ ਇੱਕ ਰੀਅਲ ਮਾਇਨੇ ਦੇ ਵਿੱਚ ਟ੍ਰਾਇੰਗੂਲਰ ਕੰਟੈਸਟ ਹੋਣ ਜਾ ਰਿਹਾ ਹੈ ਜਿੱਥੇ ਤਾਂ ਕਿਸੇ ਨੂੰ ਥ੍ਰੈਟ ਮੰਨਣਾ ਜਾਂ ਕਿਸੇ ਦੀ ਕੀ ਸਟਰੈਂਥ ਹੈ ਮੇਰਾ ਸਾਡਾ ਕਾਂਗਰਸ ਪਾਰਟੀ ਦਾ ਜਿਹੜਾ ਫੋਕਸ ਹੁੰਦਾ ਹੈ ਅਸੀਂ ਕਿਸੇ ਵਿਰੋਧੀ ਦੀ ਕਮਜ਼ੋਰੀ ਜਾਂ ਕਿਸੇ ਵਿਰੋਧੀ ਦੀ ਤਾਕਤ ਨੂੰ ਦੇਖ ਕੇ ਇਲੈਕਸ਼ਨ ਜਾਂ ਸਾਡਾ ਸਟਰੈਟੇਜਾਈਜ਼ ਨਹੀਂ ਕਰਦੇ ਸਾਡਾ ਜਿਹੜਾ ਇਲੈਕਸ਼ਨ ਕੈਂਪੇਨ ਹੈ ਇਟ ਇਸ ਬੇਸਡ ਔਨ ਇਸ਼ੂਜ਼ ਅਸੀਂ ਆਪਣੀ ਜਿਹੜੀ ਪੋਲਿਸੀਜ਼ ਐ ਸਾਡਾ ਅਜੰਡਾ ਐ ਉਹਨੂੰ ਲੈ ਕੇ ਜਾਂਦੇ ਆ ਨਾਇਦਰ ਵੀ ਆਰ ਸਕੇਅਰਡ ਆਫ ਐਨੀਬਾਡੀਜ਼ ਸਟਰੈਂਥ ਕਿਸੇ ਨੂੰ ਤਾਕਤ ਨੂੰ ਦੇਖ ਕੇ ਅਸੀਂ ਭਜਦੇ ਨਹੀਂ ਤੇ ਕਿਸੇ ਨੂੰ ਕਮਜ਼ੋਰ ਸਮਝ ਕੇ ਅਸੀਂ ਲਾਪਰਵਾਹੀ ਹੁੰਦੇ ਇਲੈਕਸ਼ਨ ਇਲੈਕਸ਼ਨ ਹੀ ਹੁੰਦਾ ਇਲੈਕਸ਼ਨ ਦੇ ਸਾਹਮਣੇ ਅਗਰ ਜੋ ਜਿਵੇਂ ਆਪਣੇ ਪਿੰਡਾਂ 'ਚ ਇਕਾਉਤ ਹੁੰਦੀ ਆ ਵੀ ਪਰਛਾਵੇਂ ਨਾਲ ਵੀ ਇਲੈਕਸ਼ਨ ਲੜਨਾ ਪੈ ਜਾਏ ਤੇ ਉਹ ਵੀ ਆਪਣੇ ਆਪ 'ਚ ਇੱਕ ਇਲੈਕਸ਼ਨ ਬਣ ਜਾਂਦਾ ਤੇ ਇਲੈਕਸ਼ਨ ਤਾਂ ਲੋਕਾਂ ਨੇ ਦਸ ਇਜ਼ ਅ ਨਿਊ ਫੈਕਟਰ ਦ ਐਕਸ ਫੈਕਟਰ ਕਹਿ ਲੋ ਪਰ ਉਹਦੇ ਵਿੱਚ देयर इज अ डिफरेंस ਲੋਕ ਉਹਨੂੰ ਕੰਪੇਅਰ ਕਰਦੇ ਆ ਵੀ 2014 ਦੇ ਵਿੱਚ ਇਕੱਲਾ ਪੰਜਾਬ ਸੀਗਾ ਜਿੱਥੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ 4 ਸੀਟਾਂ ਮਿਲੀਆਂ ਡੈਫੀਨਿਟਲੀ ਉਸ ਟਾਈਮ ਦੇ ਵਰ ਅ ਨਿਊ ਐਂਟਰੈਂਟ देयर वाज अ ਚਾਂਮ ਅਬਾਊਟ ਇਟ ਸੈਂਸ ਆਫ ਐਕਸਪੈਕਟੇਸ਼ਨ ਲੋਕਾਂ ਨੂੰ ਬੜੀ ਉਮੀਦਾਂ ਸੀਗੀਆਂ ਵੀ ਦੇ ਮੇ ਬੀ ਯਰ ਅ ਡਿਫਰੈਂਟ ਸਾਰਟ ਆਫ ਪੋਲਿਟਿਕਸ ਦੀ ਉਹਨਾਂ ਨੇ ਜਿਹੜਾ ਜ ਰੱਖਿਆ ਸੀਗਾ ਵੀ ਸੀ ਵੀ ਵਿਲ ਚੇਂਜ ਦਾ ਪੋਲਿਟਿਕ ਵੇ ਪੋਲਿਟਿਕਸ ਇਜ਼ ਡਨ ਬਟ ਜਿਵੇਂ ਹੁਣ ਤੁਸੀਂ ਦੇਖੋ ਵਿਚਾਰ ਮੈਂਬਰ ਆਫ ਪਾਰਲੀਮੈਂਟ ਜਿੱਤੇ ਸੀਗੇ ਉਹਨਾਂ ਚ ਦੋ ਹੈ ਜਿਹੜੇ ਦੋ ਹੈ ਆਈਦਰ ਦੇ ਹੈਵ ਲਿਫਟ ਔਰ ਵਨ ਡਸਨਟ ਇਵਨ نو ਵੈਦਰ ਉਹਨਾਂ ਦੇ ਨਾਲ ਹੈ ਅੱਡ ਹੈ ਜੇ ਵੀ ਉਹ ਇੰਨੇ ਪ੍ਰਿੰਸੀਪਲ ਸੀਗੇ ਤਾਂ ਆਈ ਥਿੰਕ ਗਾਂਧੀ ਸਾਹਿਬ ਉਹਨਾਂ ਜਦੋਂ ਕਿਹਾ ਸੀ ਵੀ ਪਾਰਟੀ ਨਾਲ ਜਦੋਂ ਛੱਡੀ ਤੀ ਤਾਂ ਦੇ ਸ਼ੁੱਡ ਰਿਜ਼ਾਈਨ ਐਂਡ ਥੈਟ ਵੇ ਆਈ ਥਿੰਕ ਦੇ ਦੇ ਵਿਲ ਬੀ ਫੋਰਸ ਟੂ ਰਿਜ਼ਾਈਨ ਫਰਮ देयर ਮੈਂਬਰ ਆਫ ਪਾਰਲੀਮੈਂਟਸ਼ਿਪ ਆਲਸੋ ਪਰ ਉਹ ਬਣੇ ਵੀ ਬੈਠੇ ਹੈ ਪਾਰਟੀ ਦੇ ਅੰਦਰ ਵੀ ਹੈ ਪਾਰਟੀ ਦੇ ਨਾਲ ਵੀ ਨਹੀਂ ਸੋ ਥੈਟ ਉਹ ਜਿਹੜਾ ਚਾਰਮ ਹੈ ਉਹ ਖਤਮ ਹੋ ਗਿਆ ਜਿਸ ਤਰ੍ਹਾਂ ਦੇ ਆਪਸ ਚ ਫੁੱਟ ਸਾਹ ਜਿਸ ਤਰ੍ਹਾਂ ਕਈ ਗਲਤ ਬੈਕਗ੍ਰਾਉਂਡ ਦੇ ਲੋਕ ਇਹਨਾਂ ਨੇ ਕਿਹਾ ਸੀ ਸੀ ਸਾਫ ਛਵੀ ਦੇ ਲੋਕ ਅੱਗੇ ਲੈ ਕੇ ਆਵਾਂਗੇ ਪ੍ਰੈਜ਼ੀਡੈਂਟ ਮੈਂਬਰਸ ਦੀ ਪਰਫਾਰਮੈਂਸ ਜਿਸ ਤਰ੍ਹਾਂ ਹੈ ਦਿੱਲੀ ਦਾ ਵੀ ਜਿਹੜਾ ਅਸਰ ਪੈ ਰਿਹਾ ਹੈ ਦਿੱਲੀ ਚ ਲੋਕਾਂ ਨੂੰ ਜੋ ਉਮੀਦਾਂ ਸੀਗੀਆਂ ਤੇ ਜਿਸ ਤਰ੍ਹਾਂ ਉੱਥੇ 21 ਮੈਂਬਰ ਜਿਹੜੇ ਉਹਨਾਂ ਦੇ ਐਮ ਐਲ ਏਜ਼ ਮੰਨ ਲਾਦਾ ਵੀ ਉਹਨਾਂ ਨੂੰ ਡਿਸਮਿਸ ਕਰਨ ਲੱਗੇ ਐ ਸੋ ਆਈ ਆਈ ਥਿੰਕ ਥੈਟ ਸ਼ੀਨ ਹੈਜ਼ ਵਾਰਨ ਆਫ ਜੋ ਇਹਨਾਂ ਦੇ ਇੱਕ ਸੀਗਾ ਔਰ ਆਜਾ ਬਣਿਆ ਸੀਗਾ ਵੀ ਪਤਾ ਨਹੀਂ ਐ ਕੀ ਕਰਨਗੇ ਸੋ ਆਈ ਥਿੰਕ ਬਾਏ ਦਾ ਟਾਈਮ 6 ਐ ਐਗਜੈਕਟਲੀ ਜਿਹੜਾ ਵਰਡ ਕੀਤਾ ਹੈ ਦਾ ਜਿਹੜਾ ਮੋਰ ਐਕਸਪੋਜ਼ਰ ਹੈਜ਼ ਬਰਾਉਟ them ਐਟ ਨਾਟ ਐਟ ਪਾਰ ਵਿਦ ਅਦਰਸ ਬੀ ਹੈ ਵੀ ਇਹਨਾਂ ਅਕਾਲੀਆਂ ਵਰਗਾ ਹੀ ਹਾਲ ਇਹਨਾਂ ਦਾ ਦੇ ਆਰ ਬੇਸਿਕਲੀ ਡ੍ਰੀਮ ਮਰਚੈਂਟਸ ਲੋਕਾਂ ਨੂੰ ਸੁਪਨੇ ਬੇਚ ਰਹੇ ਐ ਜਿਹਦੇ ਮਗਰ ਕੋਈ ਯਥਾਰਥ ਹੈ ਨਹੀਂ ਉਹਨਾਂ ਸੁਪਨਿਆਂ ਦੇ ਹੇਟਾਂ ਕੋਈ ਨਹੀਂ ਹੈ ਨਹੀਂ ਕਿਸ ਤਰ੍ਹਾਂ ਡਿਲੀਵਰ ਕਰਨਗੇ ਲੀਡਰਸ਼ਿਪ ਹੈ ਨਹੀਂ ਇਜ਼ ਅ ਵੈਕਿਊਮ ਆਫ ਲੀਡਰਸ਼ਿਪ ਹੈ ਹੀ ਨਹੀਂ ਉਥੇ ਅੱਜ ਵੀ ਕਹਿ ਕੇ ਪਲਟ ਕੇ ਦੇ ਹੈਵ ਟੇਕਨ ਅ ਯੂ ਟਰਨ ਵੀ ਅਸੀਂ ਆਪਣਾ ਚਿਹਰਾ ਸਾਹਮਣੇ ਦਿਾਂਗੇ ਹੁਣ ਚਿਹਰੇ ਦੀ ਜਿਸ ਬੰਦੇ ਕੋਲ ਜਿਸ ਬਰਾਤ ਚ ਅੱਗੇ ਦੁਲ੍ਹਾ ਹੀ ਹੈ ਨਹੀਂ ਉਹ ਬਰਾਤ ਕਾ ਦੀਏ ਸੋ ਲੈਟ ਲੈਟ ਸੀ ਅੱਗੇ ਆ ਕੇ ਕੀ ਬਣਦਾ ਬਟ ਵੀ ਆਰ ਪ੍ਰਿਪੇਅਰਡ ਫਾਰ ਦਾ ਵੀ ਅਸਿਊਮ ਵੀ ਅਸੀਂ ਆਪਣੀ ਜਿਹੜੀ ਲੜਾਈ ਹੈ 2017 ਇਲੈਕਸ਼ਨ اپنی స్ట్రెంత్ ਤੇ پوری ताकत ਦੇ ਨਾਲ ਲੜਾਂਗੇ ਰਿਸਪੈਕਟਿਵ ਆ ਵਾਦਰ ਦਾ ਮੇਨ اپੋਨੈਂਟ ਇਜ਼ ਅਕਾਲੀ ਬੀਜਪੀ ਕੰਬਾਈਨ ਆ ਵੀ ਚਰਚਾਈ ਤੇ ਕਿਉਂਕਿ ਸਿੱਧੂ ਸਾਹਿਬ ਦੇ ਜਦੋਂ ਨਾ ਰਹੇ ਵਾਦਰ ਅਕਾਲੀ ਤੇ ਬੀਜਪੀ ਇਕੱਠੇ ਲੜਨਗੇ ਇਟ ਮੇ ਬੀ ਕਿ ਫੋਰ ਕਾਰਨਰਡ ਕੰਟ੍ਰੈਸਟ ਕੰਟੈਸਟ ਵੀ ਹੋ ਸਕਦਾ ਹੈ ਪਰ ਹੁਣ ਸੁਰ ਜਿਹੜੇ ਆ ਬਦਲੇ ਬਦਲੇ ਲੱਗਦੇ ਇਹਨਾਂ ਦੇ ਅੱਜਕਲ بڑا ਪਾਈਚਾਰਾ ਆਪਸ ਵਿੱਚ ਇਹਨਾਂ ਨੂੰ ਯਾਦ ਆਇਆ ਕੱਲ ਤਾਂ ਅਨਿਲ ਜੋਸ਼ੀ ਜੀ ਦੇ ਪ੍ਰਾਤੇ ਅਟੈਕ ਹੋਇਆ ਬਾਕੀ ਇਹਨਾਂ ਦੇ ਸਾਰੇ ਜਿਹੜੇ ਜਿੰਨੇ ਵੀ ਇੰਡਸਟਰੀਜ਼ ਐਂਡ ਇੰਡਸਟਰੀਜ਼ ਮਨਿਸਟਰ ਜੇ ਇਸ ਤਰ੍ਹਾਂ ਮਿੱਤਲ ਸਾਹਿਬ ਕਹਿ ਰਹੇ ਸੀ ਵੀ ਮੈਨੂੰ ਫਾਈਲ ਹੀ ਨਹੀਂ ਕੋਈ ਦੇਖਣ ਦਿੰਦਾ ਭਾਜੀਪੀ ਦੇ ਮੰਤਰੀਆਂ ਨੂੰ ਲੱਗਦਾ ਸੀ ਵੀ ਖਿਲਾਰਾ ਹੋਊਗਾ ਬਟ ਸ਼ਾਇਦ ਜਿਹੜੇ ਹਾਈ ਕਮਾਂਡ ਅਮਿਤ ਸ਼ਾਹ ਦੇ ਕਹਿਣ ਨਾਲ ਐਤ ਕੀ ਕੋ ਮਾੜਾ ਮੋਟਾ ਸੁਲਾਵ ਹੈ ਬਟ ਵੀ ਆਰ ਪ੍ਰੇਪੇਅਰਡ ਆਈਦਰ ਇਟ ਇਜ਼ ਅ 3 ਵੇ ਕੰਟੈਸਟ অর ਇਜ਼ ਅ 4 ਵੇ ਕੰਟੈਸਟ ਕਾਂਗਰਸ ਆਪਣੇ ਏਜੰਡੇ ਤੇ ਇਲੈਕਸ਼ਨ ਲੜੂਗੀ ਜਾਕਰ ਸਾਹਿਬ ਤੁਸੀਂ ਵਧੀਆ ਗੱਲ ਕੀਤੀ ਹੈ ਕਿ ਚਲੋ ਉਹ ਡ੍ਰੀਮ ਅਰਜੈਂਟ ਨੇ ਹੈ ਨਾ ਚਲੋ ਆਮ ਆਦਮੀ ਪਾਰਟੀ ਵਾਲੇ ਦੇਖਦੇ ਆ ਪਰ ਜਾਕਰ ਸਾਹਿਬ ਇੱਕ ਗੱਲ ਹੋਰ ਵੀ ਹੈ ਨਾ ਕਿ ਕਾਂਗਰਸ ਪਾਰਟੀ ਦੀ ਵੀ ਇੱਕਜੁੱਟ ਨਹੀਂ ਨਜ਼ਰ ਆ ਰਹੀ ਪਹਿਲਾਂ ਜਲੰਧਰ ਧਰਨੇ ਤੇ ਲੜਾਈ ਹੋਈ ਫਿਰ ਲੰਬੀ ਦੇ ਵਿੱਚ ਹੋਈ ਲੱਗਦਾ ਨਹੀਂ ਕਿ ਇਹ ਚੀਜ਼ਾਂ ਥੋੜਾ ਜਿਹਾ ਪਿੱਛੇ ਨੂੰ ਲਿਜਾ ਰਹੀਆਂ ਨੇ ਲੀਡਰਸ਼ਿਪ ਨੂੰ ਵੀ ਤੇ ਵਰਕਰਾਂ ਦਾ ਵੀ ਮਨੋਬਲ ਤੋੜ ਰਹੀਆਂ ਨੇ ਥਿਸ ਇਜ਼ ਅ ਇਸ਼ੂ ਆਫ ਇਨਡਿਸਿਪਲਨਰ অর ਮੇਬੀ ਅ ਓਵਰ ਐਕਸਾਈਟ ਓਵਰ ਐਕਸਾਈਟਮੈਂਟ ਬਹੁਤ ਜ਼ਿਆਦਾ ਲੋਕ ਐਕਸਾਈਟਡ ਦੇਖੋ ਝਗੜਾ ਕਾਹਦਾ ਸੀ ਵੀ ਕੈਪਟਨ ਸਾਹਿਬ ਦੇ ਨਾਲ ਫੋਟੋ ਸੈਲਫੀ ਖਿਚਾਣ ਦਾ ਆ ਸਾਰੇ ਝਗੜੇ ਆ ਲੋਕ ਅੱਜ ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਨੂੰ ਅਜੇ ਫਿਊਚਰ ਚੀਅਫ ਮਿਨਿਸਟਰ ਦੇਖ ਕੇ ਜੋ ਕੁਝ ਹੋ ਰਿਹਾ ਬਟ ਆਬਵੀਅਸਲੀ ਇਟ ਇਜ਼ ਅਨਫੋਰਚੂਨੇਟ ਤੇਨੂੰ ਇਸ ਐਕਸਾਈਟਮੈਂਟ ਨੂੰ ਇਹ એનર્ਜੀ ਨੂੰ ਚੈਨਲਾਈਜ਼ ਕਰਨ ਦੀ ਲੋੜ ਹੈ ਉਹਦੇ ਕੰਮ ਕੈਪਟਨ ਸਾਹਿਬ ਖੂਬੀ ਕਰ ਰਹੇ ਜੀ 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 ਜਕਰ ਸਾਹਿਬ ਅੱਜ ਅਸੀਂ ਤੁਹਾਡੇ ਏਰੀਆ ਦਾ ਹਬੋਰ ਏਰੀਆ ਦਾ ਗਿੜਾ ਲਾਇਆ ਔਰ ਕੋਈ ਟਾਈਮ ਸੀਗਾ ਕਿ ਹਬੋਰ ਜਾਣਾ ਜਾਂਦਾ ਸੀ ਨਰਮੇ ਦੀ ਪੈਦਾਵਾਰ ਦੇ ਲਈ ਪਰ ਅੱਜ ਹਾਲਾਤ ਇਹ ਨੇ ਕਿ ਜੇ ਕਿਸੇ ਪਿੰਡ ਦੀ 3000 ਏਕੜਾ ਜਾਂ 4000 ਏਕੜ ਪੈੜੀ ਉਹਦੇ ਵਿੱਚ 6000 ਏਕੜੀ ਚਲਦੀ ਹੈ ਜਾਂ ਵਹਿਣ ਜੋਗ ਹੈ ਜਾਂ ਜਿੱਥੇ ਪਾਣੀ ਪਹੁੰਚਦਾ ਹੈ ਬਾਕੀ ਖਾਲੀ ਪਈ ਹੈ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਇਹ ਕੀ ਕਾਰਨ ਨੇ ਜਕਰ ਸਾਹਿਬ ਕਿ ਪਾਣੀ ਨੂੰ ਸਹੀ ਚੈਨਲਾਈਜ਼ ਨਹੀਂ ਕੀਤਾ ਜਾ ਰਿਹਾ ਜਾਂ ਫਿਰ ਪਿੱਛੇ ਹੀ ਚੋਰੀ ਇਸ ਪੱਧਰ ਤੇ ਹੋਗੀ ਕਿ ਟੇਲਾਂ ਤੱਕ ਟੇਲਾਂ ਦਾ ਸੁੱਕੀਆਂ ਪਈਆਂ ਕੋਈ ਲੰਬੀ ਚੋੜੀ ਇਸ ਚ ਪ੍ਰਵੀਨ ਜੀ ਰਾਕਟ ਸਾਇੰਸ ਦੀ ਲੋੜ ਨਹੀਂ ਵੀ ਆ ਕਿਉਂ ਹੋ ਰਿਹਾ ਇਸ ਆਲ ਬਲੈਕ ਐਂਡ ਵਾਈਟ ਰਾਈਟ ਇਨ ਫਰੰਟ ਆਫ ਯੂ ਇਹ ਸਾਡਾ ਜੇ ਕੱਲਾ ਸਾਡਾ ਬੂਰ ਦਾ ਇਲਾਕਾ ਨਹੀਂ ਆ ਸਾਡਾ ਮਾਲਵੇ ਦਾ ਜਿਹੜਾ ਇਲਾਕਾ ਹੈ ਆ ਆ ਨਰਮੇ ਵਾਸਤੇ ਜਾਣਿਆ ਜਾਂਦਾ ਸੀਗਾ ਹੁਣ ਨਰਮਾ ਸਿਰਫ ਸਿਰਫ ਤੇ ਸਿਰਫ ਲੈ ਕੇ ਸਾਡਾ ਇਹ ਮਾਨਸੇ ਚ ਥੋੜਾ ਬਹੁਤ ਇਲਾਕਾ ਜਿੱਥੇ ਹੈ ਨਹੀਂ ਉਥੇ ਨਰਮਾ ਰਹਿ ਗਿਆ ਬਾਕੀ ਤਾਂ ਹੁਣ ਸਾਰੇ ਆ ਝੋਨਾ ਵੀ ਜੀ ਜਾਂਦੇ ਆ ਜੀ ਜੀ ਉਹਨਾਂ ਕੋਲ ਵੀ ਪਾਣੀ ਐ ਨਹੀਂ ਸੀ ਪਾਣੀ ਦਾ ਕੁਆਂਟਮ ਅਜ ਤੋਂ 20 ਸਾਲ ਪਹਿਲਾਂ ਵੀ ਸਾਡਾ ਪਾਣੀ ਅਵੇਲੇਬਲ ਅਵੇਲੇਬਿਲਿਟੀ ਆਫ ਵਾਟਰ ਐਨੀ ਸੀਗੀ ਅੱਜ ਵੀ ਇੰਨਾ ਹੀ ਹੈ ਸਾਡੇ ਸਰਹਿੰਦ ਫੀਡਰ ਦੀ ਅਬੋਰ ਬ੍ਰਾਂਚ ਦੀ ਜਿਹੜੀ ਕਪੈਸਿਟੀ ਹੈ ਉਦੋਂ ਵੀ ਇੰਨੀ ਸੀ ਅੱਜ ਵੀ ਹੈ ਉਹ ਪਾਣੀ ਮਗਰ ਜਿਹੜੇ ਆ ਕਾਲੀ ਜਥੇਦਾਰ ਬੈਠੇ ਆ ਜਿਹਨਾਂ ਦੇ ਹਲਕਾ ਇੰਚਾਰਜ ਬੈਠੇ ਆ ਜਿਹੜੇ ਇਹਨਾਂ ਦੇ ਕਰਿੰਦੇ ਬੈਠੇ ਆ ਉਹ ਸਾਡਾ ਪਾਣੀ ਚੋਰੀ ਹੋ ਕੇ ਸਾਡੇ ਨਰਮਾਣੀ ਵਿਜਾਈ ਹੋ ਰਹੀ ਉਹਨਾਂ ਦੇ ਝੋਨੇ ਹੋ ਰਹੇ ਸੋ ਇਟ ਇਜ਼ ਐਸ ਸਿੰਪਲ ਐਸ ਦੈਟ ਅਸੀਂ ਨਾ ਤਾਂ ਕਿਸੇ ਦਾ ਹੱਕ ਮਾਰਨਾ ਚਾਹੁੰਦੇ ਸਾਡਾ ਵੀ ਸਾਡਾ ਜਿਹੜਾ ਪਾਣੀ ਹੈ ਸਾਨੂੰ ਮਿਲੇ ਇਨਫੈਕਟ ਸਾਡੀ ਜਿਹੜੀ ਪਾਣੀ ਦੀ ਰਿਕੁਆਇਰਮੈਂਟ ਹੈ ਬਹੁਤ ਘਟ ਗਈ ਤੁਸੀਂ ਦੇਖੋ ਤੁਸੀਂ ਨਰਮੇ ਦੇ ਅੱਜ ਜਿਹੜਾ ਸਾਡਾ ਇਲਾਕਾ ਜਾਣਿਆ ਜਾਂਦਾ ਹੈ ਐਜ਼ ਅ ਵੀ ਆਰ ਵੀ ਆਰ ਆਈਦਰ ਫਲੋਰੀਡਾ ਆਫ ਅਮਰੀਕਾ ਔਰ ਕੈਲੀਫੋਰਨੀਆ ਆਫ ਅਮਰੀਕਾ ਇਸ ਦਿਸ ਅੱਜ ਇਹ ਹਿੰਦੁਸਤਾਨ ਦਾ ਮੈਂ ਹਿੰਦੁਸਤਾਨ ਦਾ ਕਹਿ ਰਿਹਾ ਕੱਲੇ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ 70% ਦੀ ਜਿਹੜਾ ਕੀਨੋ ਗਰੋਇੰਗ ਏਰੀਆ ਹੈ ਇੱਥੇ ਹੈ ਦਿਸ ਇਸ ਦਿਸ ਇਸ ਇਸ ਧਰਤੀ ਦੇ ਚੌਧਰੀ ਬਲਰਾਮ ਜਾਖੜ ਮੇਰੇ ਪਿਤਾ ਜੀ ਨੇ ਆ ਸਾਰਾ ਏਰੀਆ ਔਰ ਚੜਚੇ ਕਨਵਰਟ ਕੀਤਾ ਹੈ मोस्टली इज ऑन ਡ੍ਰਿਪ ਇਰੀਗੇਸ਼ਨ ওয়াটার ਰਿਕੁਆਇਰਮੈਂਟ ਇਜ਼ ਲੈਸ ਬਟ ਸਟਿਲ ਸਾਨੂੰ ਉਹ ਜਿਹੜਾ ਸਾਡਾ ਥੋੜਾ ਜਿਹਾ ਪਾਣੀ ਹੈ ਉਹ ਵੀ ਸਾਨੂੰ ਨਹੀਂ ਮਿਲ ਰਿਹਾ ਕਿਉਂਕਿ ਰਸਤੇ 'ਚ ਬੈਠੇ ਚੋਰੀਆਂ ਹੋ ਰਹੀਆਂ ਸਿਰਫ ਤੇ ਸਿਰਫ ਅਕਾਲੀ ਲੀਡਰਸ਼ਿਪ ਜੀ ਜੀ ਤੇ ਜਿਹੜੀ ਸਰਕਾਰ ਹੈ ਖਾਸ ਕਰਕੇ ਕਾਲੀਆਂ ਦਾ ਕਿਉਂਕਿ ਬੀਜੇਪੀ ਵਾਲੇ ਆਪ ਮਾਤੜਾ ਉਹਨਾਂ ਦੇ ਉੱਤੇ ਇੱਥੇ ਕੋਈ ਸੁਣਵਾਈ ਹੀ ਨਹੀਂ ਕੱਲੇ ਜਿਹੜੇ ਅਕਾਲੀ ਐ ਉਹ ਐਕਸਪਲੋਇਟ ਕਰ ਰਹੇ ਆ ਪੋਜੀਸ਼ਨ ਨੂੰ ਮੈਂ ਬਾਦਲ ਸਾਹਿਬ ਨੂੰ ਕਈ ਵਾਰੀ ਰਿਕੁਐਸਟ ਕੀਤੀ ਮੈਂ ਕਿ ਬਾਦਲ ਸਾਹਿਬ ਤੁਹਾਨੂੰ ਲੋਕਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਐ ਕੱਲੇ ਲੰਬੀ ਹਲਕੇ ਦਾ ਐ ਕੱਲੇ ਮੁਕਸਰ ਜ਼ਿਲ੍ਹੇ ਦਾ ਨਹੀਂ ਤੁਸੀਂ ਪੂਰੇ ਇਲਾਕੇ ਨੂੰ ਆਪਣਾ ਪੰਜਾਬ ਸਮਝ ਕੇ ਦੇਖੋ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਐ ਇਸ ਗੱਲ ਨੂੰ ਲੋਕ ਪੱਲੀ ਭੰਦੀ ਸਮਝਦੇ ਐ ਐਂਡ ਆਈ ਬਿਲੀਵ ਅਕਾਲੀਜ਼ ਵਿਲ ਹੈਵ ਟੂ ਪੇ ਦਾ ਪ੍ਰਾਈਸ ਫਾਰ ਇਟ ਜੀ ਜੀ ਵਾਕਈ ਔਰ ਜਾਖੜ ਸਾਹਿਬ ਬਾਰੇ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਵਾ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਬਾਰੇ ਇਹਨਾਂ ਨੇ ਇਹਨਾਂ ਨੇ ਕਿਹਾ ਕਿ ਡ੍ਰੀਮ ਮਰਚੈਂਟਸ ਨੇ ਤੇ ਬਹੁਤ ਖੂਬੀ ਦੇ ਨਾਲ ਕਾਂਗਰਸ ਪਾਰਟੀ ਦੀ ਗੱਲ ਰੱਖੀ ਹੈ ਔਰ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਲੜਾਈਆਂ ਦੀ ਗੱਲ ਆ ਜਾਂ ਧੜੇਬੰਦੀਆਂ ਦੀ ਰੈਲੀਆਂ ਦੇ ਦੌਰਾਨ ਤਾਂ ਉਹਨਾਂ ਨੇ ਕਿਹਾ ਕਿ ਸ਼ਾਇਦ ਓਵਰ ਐਕਸਾਈਟਮੈਂਟ ਆ ਕਿ ਸ਼ਾਇਦ ਆਉਣ ਵਾਲੇ ਸੀਐਮ ਦੇ ਨਾਲ ਅਸੀਂ ਫੋਟੋ ਖਿੱਚਵਾ ਲਈਏ ਜਾਂ ਜੋ ਵੀ ਹੈ ਨਾ ਤਾਂ ਜਿਹੜੇ ਪਾਣੀ ਸੰਕਟ ਹੈ ਕਿਉਂਕਿ ਅੱਜ ਅਸੀਂ ਪਿੰਡਾਂ ਦਾ ਦੌਰਾ ਕੀਤਾ ਔਰ ਲੋਕਾਂ ਨੇ ਲੋਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਇੱਕ ਬੰਦੇ ਤੇ ਅੱਖਾਂ ਦੇ ਵਿੱਚੋਂ ਹ ਤੇ ਉਹ ਕਹਿੰਦੇ ਕਿ ਸਾਡੇ ਕੋਲ ਸਿਰ ਕੁਛ ਨਹੀਂ ਕੁਛ ਵੀ ਨਹੀਂ ਬਚਿਆ ਪਰ ਸਾਡੇ ਕੋਲ ਇੱਕ ਲੀਡਰ ਹੈਗਾ ਜਰੂਰ ਲੜਨ ਵਾਲਾ ਉਹ ਹੈ ਸੁਨੀਲ ਕੁਮਾਰ ਜਾਖੜ ਜਿਹੜਾ ਸਾਡੇ ਲਈ ਫਾਈਟ ਕਰ ਰਿਹਾ ਔਰ ਸ਼ਾਇਦ ਅਸੀਂ ਇਸੇ ਕਰਕੇ ਨਹੀਂ ਤਾਂ ਸ਼ਾਇਦ ਅੱਜ ਤੋਂ ਉੱਜੜ ਵੀ ਜਾਂਦੇ ਕਿਉਂਕਿ ਹਾਲ ਬਹੁਤ ਮਾੜਾ ਅੱਜ ਤੋਂ ਜੇ 10 ਸਾਲ 15 ਸਾਲ ਪਿੱਛੇ ਚਲੇ ਜਾਈਏਗੇ ਤਾਂ ਇਹ ਜਿਹੜੀ ਬੈਲਟ ਹੈ ਸਭ ਤੋਂ ਖੁਸ਼ਹਾਲ ਜ਼ਰਖੇਜ਼ ਜ਼ਮੀਨ ਵਾਲੀ ਬੈਲਟ ਦੇ ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਕਿੰਨੂ ਦੀ ਪੈਦਾਵਾਰ ਰਿਕਾਰਡ ਤੋੜ ਪੈਦਾਵਾਰ ਹੁੰਦੀ ਸੀ ਇੱਥੇ ਪਰ ਗਲਤ ਨੀਤੀਆਂ ਚੰਦਕ ਬੰਦਿਆਂ ਦੇ ਵਿੱਚ ਹੱਥਾਂ ਦੇ ਵਿੱਚ ਪਾਵਰਾਂ ਨੇ ਇਸ ਜਿਹੜੀ ਇਲਾਕੇ ਨੂੰ ਥੋੜ ਹੋਰ ਵੀ ਮਸਲੇ ਤੇ ਗੱਲਬਾਤ ਕਰਦੇ ਆਂ ਜਾਖੜ ਸਾਹਿਬ ਦੇ ਨਾਲ ਪਰ ਇੱਥੇ ਵੇਲਾ ਉਹ ਚੱਲਿਆ ਵੈ ਇੱਕ ਛੋਟੀ ਜਿਹੀ ਬ੍ਰੇਕ ਦਾ ਕਿਤੇ ਨਾ ਜਾਇਓ ਦੇਖਦੇ ਰਹੋ ਪੰਜਾਬ ਬੋਲਦਾ ਬਣਰੋ ਜਸਟਿਸ ਟੀਵੀ ਦੇ ਨਾਲ